ਕਿਉਂ ਦੀ ਗੱਲ ਹੋਈ ਤੇ ਕਿਉਂ ਜਿਹੜਾ ਵੇ ਇਹ ਤੁਸੀਂ ਇੱਕ ਵੀਡੀਓ ਚ ਕਿਹਾ ਸੀ ਕਿ ਤੁਸੀਂ ਪੀਂਦੇ ਹੋ ਜਾਂ ਤਾਂ ਇਥੇ ਆਪਾਂ ਰੋਟੀ ਨਾਲ ਖਾ ਲਈ ਤੇ ਦੇਲ ਚੇ ਪੇਟ ਖਰਾਬ ਹੋ ਜਾਏ ਦੇਸੀ ਘੋ ਮੇਰਾ ਫੇਵਰੇਟ ਹੈ ਸਿੱਧੂ ਮੂਸੇ ਵਾਲੇ ਦੇ ਉਸ ਪਹਿਰੇ ਹਰ ਨਾ ਛੋਟੀਆਂ ਸੋਚਾਂ ਨੂੰ ਪਚੇ ਨਾ ਹਏ ਗੰਦਾ ਦੇਸੀ ਕਿਉਂ ਹੋ ਜਾਂਦੇ ਸੀ ਰਹਿ ਗਿਆ ਵਾਂਗੂ ਨਹੀਂ ਠੀਕ ਹੈ ਗੋਲਡੇ ਜੀ ਦੇ ਆਮਡੇਰ ਗੁੱਟਦੇ ਉਹ ਸਾਨੂੰ ਮਨ ਦੇ ਆਪਿਓ ਵਾਂਗੂ ਨਹੀਂ ਤੇਸੀ ਘੋ ਨੇ ਜਿਹੜਾ ਜਿੰਨੇ ਵੀ ਪਲੇਅਰ ਨੇ ਨਾ ਜਿੰਨੇ ਵੀ ਹਾਲਾਂਕਿ ਉਹ ਪ੍ਰੋਟੀਨ ਨਾ ਇਸ ਤਰ੍ਹਾਂ ਦੀਆਂ ਬੁੜੀਆਂ ਚੀਜ਼ਾਂ ਆਈਆਂ ਨੇ ਬਹਰ ਦੇਸੀ ਘੋ ਦਾ ਇੱਕ ਲੈਵਲ ਲਾਵਲਾ ਲਾਵਲਾ ਉਹਦਾ ਸੋਏ ਉਹ ਬੰਦੇ ਜਾਣਦਾ ਜਿਹੜਾ ਪਿੰਦਾ ਕਿਤਨਾ ਪੀ ਜਾਂਦੇ ਨੇ ਮਹੀਨੇ ਦੇ ਅੰਦਰ ਮਹੀਨੇ ਦੇ ਅੰਦਰ ਜੇ ਤੇ ਇਥੋਂ ਵਾ ਫਿਰ ਤਕਰੀਬਨ 4 4.5 ਕਿਲੋ ਤੇਜ ਬਾਹਰ ਹੋ ਵੀ ਉੱਥੇ ਹੁੰਦਾ ਇਦੋ ਹੀ ਆਇਆ ਹੁੰਦਾ ਕੋਈ ਬੰਦਾ ਕੋਈ ਆਇਆ ਨਾ ਆਇਆ ਕਦੀ ਸੋ ਮੈਂ ਅੱਗੇ ਵੀ ਥੈਂਕਸ ਕੀਤਾ ਸੀ ਐਫਆਈਏ ਵਾਲੇ ਜਿੰਨੇ ਵੀ ਸਾਡੇ ਰਿਪੋਰਟਾਂ ਦੇ ਨੇ ਕਿ ਕੋਈ ਬੰਦਾ ਮੇਰਾ ਨਾਂ ਲਵੇ ਕਿ ਸੀਗੀ ਉਹ ਲੈ ਕੇ ਜਾਣਾ ਗਰ ਸ਼ਤਾਰ ਹੋ ਗਿਆ ਸੋ ਬੜੀ ਰਿਸਪੈਕਟ ਦਿੰਦੇ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਸ਼ੁਕਰੀਆ ਜਿੱਦਨੇ ਸਾਡੇ ਐਫਆਈਏ ਦੇ ਅਫੀਸਰ ਨੇ ਜਿਹੜੇ ਮੁਹੱਬਤ ਕਰਦੇ ਸਾਡੇ ਨਾਲ ਜਾਣ ਦਿੰਦੇ ਆ ਜਾਣ ਦਿੰਦੇ ਉਹ ਉੱਥੇ ਫਿਰ ਉਹ ਮਤਲਬ ਕਿ ਬਹੁਤ ਘੱਟ ਹੁੰਦਾ ਹੈ ਉੱਥੇ ਕਿਲੋ 2 3 ਕਿਲੋ 2 3 ਲੇਕਿਨ ਇਥੇ 4 4.5 ਮਹੀਨੇ ਤੁਸੀਂ ਲੱਗੜ ਜਾਂਦੇ ਪੀਂਦੀ ਉਹ ਖਾਂਦੀ ਉਹ ਚਾਹ ਪਾਨਦੀ ਸ਼ੁਰੂ ਤੋਂ ਹੀ ਬਹੁਤ ਆ ਮੇਰੇ ਵਾਲ ਚਿੱਟੇ ਹੋ ਗਏ ਨੇ ਠੀਕ ਹੈ ਇਹਨਾਂ ਦੀ ਵਜ੍ਹਾ ਪਤਾ ਕੀ ਹੈ ਦੇਸੀ ਕੀ ਹੋ ਨੀ ਕੀ ਹੋ ਨਾ ਮੈਂ ਮੱਖਣ ਖਾਂਦਾ ਹੈ ਬੜਾ ਫ੍ਰਿਜ ਵਿੱਚੋਂ ਠੰਡਾ ਤੇ ਸੋ ਉਹ ਖਾ ਖਾ ਕੇ ਮੇਰੇ ਮਤਲਬ ਕਿ ਪੱਕਾ 1.5 ਸਾਲ ਰੇਸ਼ੇ ਸਿਰ ਨਹੀਂ ਛੱਡਿਆ ਡਾਕਟਰਾਂ ਬੜਾ ਮੈਨੂੰ ਕੀਤਾ ਕਿ ਤੂੰ ਮੱਖਣ ਖਾਣਾ ਛੱਡ ਦੇ ਇਹ ਤਾਂ ਛੁੱਟਦਾ ਨਹੀਂ ਆਦਤ ਬਣੀ ਆਏ ਤੇ ਉਹ ਰੇਸ਼ੇ ਦੀ ਵਜ੍ਹਾ ਤੋਂ ਮੇਰੇ ਵਾਲ 2012 ਦੇ ਚਿੱਟੇ